ਇਹ ਸਰ ਲੁਧਿਆਣੇ ਤੋਂ ਚੜ੍ਹਿਆ ਸੀਗਾ ਇਹ ਬਸ ਇੱਦਾਂ ਸੀਗਾ ਕਿ ਭੋਲੇ ਭਾਲੇ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੈਂ ਟੀ ਟੀ ਆ ਵੀ ਚੱਲ ਉਹਦੇ ਨਾਲ ਮੈਂ ਜੇ ਕਿਸੇ ਕੋਲ ਟਿਕਟ ਹੈਗੀ ਤਾਂ ਠੀਕ ਹੈ ਅਦਰਵਾਈਜ਼ ਤਾਂ ਮੈਂ ਇਹਦੇ ਨਾਲ ਆਪਣੇ ਪੈਸੇ ਵਗੈਰਾ ਲੈ ਲਵਾਂ। ਫਿਰ ਤੁਸੀਂ ਟੀ ਟੀ ਵਾਲੀ ਵਰਦੀ ਪਾ ਕੇ ਲੋਕਾਂ ਤੋਂ ਪੈਸੇ ਲੈਂਦੇ ਸੀ? ਨਹੀਂ, ਕੰਪਨੀ ਮੈਂ ਇਹੀ ਵਰਦੀ ਲੱਗਦੀ ਹੈ ਨਾ। ਸੰਗਰੂਰ ਰੇਲਵੇ ਸਟੇਸ਼ਨ ਤੇ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਗ੍ਰਿਫਤਾਰੀ ਦਾ ਕਾਰਨ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਜੀ ਹਾਂ, ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਰੇਲ ਗੱਡੀ ਦੇ ਵਿੱਚ ਟੀਟੀ ਵਰਗੇ ਕੱਪੜੇ ਪਾ ਕੇ ਹੱਥਾਂ 'ਚ ਡਾਇਰੀ ਫੜ ਕੇ ਲੋਕਾਂ ਨੂੰ ਠੱਗਦਾ ਸੀ ਅਤੇ ਉਹਨਾਂ ਦੀਆਂ ਟਿਕਟਾਂ ਚੈੱਕ ਕਰਦਾ ਸੀ, ਜਿਸ ਨੂੰ ਅਚਾਨਕ ਅਸਲੀ ਟੀਟੀ ਦੇ ਵੱਲੋਂ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮਾਮਲਾ ਇਹ ਹੈ ਜੀ ਵੀ ਕੱਲ੍ਹ ਮੈਂ ਸਮੇਤਪੁਰ ਪਾਰਟੀ ਦੇ ਚੈਕਿੰਗ ਦੇ ਸੰਬੰਧ 'ਚ ਰੇਲਵੇ ਸਟੇਸ਼ਨ ਪੂਰੀ ਮੌਜੂਦ ਸੀਗਾ ਤਾਂ 12:05 'ਤੇ ਗੱਡੀ 12:750 ਜਿਹੜੀ ਨਰੇੜ ਸਾਹਿਬ ਨੂੰ ਜਾਂਦੀ ਹੈ ਉਹ ਆਈ ਤਾਂ ਉਹਦੇ 'ਤੇ ਟੀ ਟੀ ਸੀਗਾ ਰਾਮ ਸਿੰਘ ਅਤੇ ਨਾਲ ਉਹਦੇ ਰਾਹੁਲ ਸੀਗਾ ਅਤੇ ਇੱਕ ਪੁਲਿਸ ਪਾਰਟੀ ਦਾ ਇੰਚਾਰਜ ਐਸ.ਏ. ਪਰਮਿੰਦਰ ਸਿੰਘ ਸੀ। ਉਹਨਾਂ ਨੇ ਇੱਕ ਲੜਕਾ ਮੇਰੇ ਹਵਾਲੇ ਕੀਤਾ, ਇੱਕ ਦਰਖਾਸਤ ਦਿੱਤੀ ਕਿ ਇਹ ਯਾਲੀ ਟੀ ਟੀ ਬਣ ਕੇ ਟਿਕਟਾਂ ਚੈੱਕ ਕਰ ਰਿਹਾ, ਜਿਹਦੇ ਕੋਲ ਇੱਕ ਡਾਇਰੀ ਸੀਗੀ ਜਿਹਦੇ ਨਾਲ ਇਹ ਪ੍ਰਭਾਵ ਪਾ ਵੀ ਮੈਂ ਟੀ ਟੀ ਹਾਂ, ਅਤੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਰਖਾਸਤ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ 'ਚ ਲਿਆ ਕੇ ਮੁਕੱਦਮਾ ਦਰਜ ਰਜਿਸਟਰ ਕਰਾਤਾ ਅਤੇ ਤਫਤੀਸ਼ ਜਾਰੀ ਹੈ। ਸਰ, ਕਿੱਥੋਂ ਚੜ੍ਹਿਆ ਸੀ ਉਹ ਲੜਕਾ ਜਿਹੜਾ? ਇਹ ਲੁਧਿਆਣੇ ਤੋਂ ਚੜ੍ਹਿਆ ਸੀਗਾ ਜੀ। ਕਿਸ ਤਰੀਕੇ ਨਾਲ ਲੋਕਾਂ ਤੋਂ ਟਿਕਟਾਂ ਦੀ ਮੰਗ ਕਰਦਾ ਸੀ? ਇਹ ਸਰ ਲੁਧਿਆਣੇ ਤੋਂ ਚੜ੍ਹਿਆ ਸੀਗਾ, ਇਹ ਬਸ ਇੱਦਾਂ ਸੀਗਾ ਕਿ ਵੀ ਭੋਲੇ ਭਾਲੇ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੈਂ ਟੀ ਟੀ ਆ ਵੀ ਚੱਲ ਉਹਦੇ ਨਾਲ ਮੈਂ ਜੇ ਕਿਸੇ ਕੋਲ ਟਿਕਟ ਹੈਗੀ ਤਾਂ ਠੀਕ ਹੈ ਅਦਰਵਾਈਜ਼ ਤਾਂ ਮੈਂ ਇਹਦੇ ਨਾਲ ਆਪਣੇ ਪੈਸੇ ਵਗੈਰਾ ਲੈ ਲਵਾਂ, ਅਤੇ ਇਸ ਤਰ੍ਹਾਂ ਕਰਦਾ ਸੀ। ਫੜਿਆ ਕਿਵੇਂ ਗਿਆ, ਸ਼ੱਕ ਪਈ ਜਾਂ ਕਿਵੇਂ? ਹਾਂ, ਟੀ ਟੀ ਨੇ ਜੀ ਜਦੋਂ ਟੀ ਟੀ S6 ਡੱਬੇ ਦੇ ਵਿੱਚ ਚੜ੍ਹੇ ਆ ਤਾਂ ਇਹ ਟਿਕਟ ਪੁੱਛ ਰਿਹਾ ਸੀਗਾ, ਚੈੱਕ ਕਰ ਰਿਹਾ ਸੀਗਾ, ਟੀ ਟੀ ਨੇ ਇਹਨੂੰ ਅਰੈਸਟ ਕਰ ਲਿਆ ਸੀ। ਸਰ, ਕੱਪੜੇ ਵਗੈਰਾ ਦੇਖੇ ਨੇ ਆਪਾਂ ਨੇ, ਕੱਪੜੇ ਵਗੈਰਾ ਤੋਂ ਵੀ ਪਤਾ ਲੱਗਦਾ ਜਾਂ ਉਸ ਤਰੀਕੇ ਤੋਂ ਸ਼ੱਕ ਹੋਇਆ ਜਾਂ ਕਿਵੇਂ? ਨਹੀਂ, ਤੇਜ਼ ਤਰਾਰ ਸੀਗਾ ਫਿਜ਼ੀਕਲੀ, ਇਹਦੀ ਸਰੀਰਕ ਜਿਹੜੀ ਬੋਡੀ ਲੈਂਗੁਏਜ ਤੋਂ ਵੀ ਲੱਗਦਾ ਸੀਗਾ ਕਿ ਵੀ ਇਹ ਇਸ ਤਰ੍ਹਾਂ ਦਾ ਸੀਗਾ। ਕਿੰਨੇ ਕੁ ਸਮੇਂ ਤੋਂ ਕੰਮ ਕਰ ਰਿਹਾ, ਕੋਈ ਪੁੱਛੇ ਮੰਨਿਆ? ਉਹਨੇ ਇਹ ਕਹਿ ਰਿਹਾ ਸੀ ਸਰ ਵੀ, ਕਹਿੰਦਾ ਵੀ ਮੈਂ ਅੱਗੇ ਵੀ ਇੱਕ ਦੋ ਵਾਰ ਇੱਦਾਂ ਦਾ ਪੈਸੰਜਰ ਟ੍ਰੇਨਾਂ ਵਗੈਰਾ 'ਚ ਕੀਤਾ ਅਤੇ, ਬਟ ਇੱਧਰਲੀ ਬੈਸ ਸਾਈਡ 'ਤੇ ਮੈਂ ਪਹਿਲੀ ਵਾਰ ਆਇਆ ਕਿ ਵੀ ਚਲੋ ਨਵੇਂ ਏਰੀਏ ਦੇ ਵਿੱਚ ਚੱਲਦੇ ਹਾਂ। ਹੁਣ ਕਿੱਥੇ ਪੇਸ਼ ਕਰਿਆ ਜਾਊਗਾ? ਇਹ ਸਰ ਮਾਨਯੋਗ ਅਦਾਲਤ ਧੂਰੀ ਪੇਸ਼ ਕਰਾਂਗੇ ਸਰ। ਉੱਧਰ ਜਦੋਂ ਇਸ ਮਾਮਲੇ ਦੇ ਵਿੱਚ ਕਾਬੂ ਕੀਤੇ ਗਏ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਹਰਿਆਣਾ 'ਚ ਆਪਣੇ ਪਿੰਡ ਜਾ ਰਿਹਾ ਸੀ ਅਤੇ ਉਸਦੇ ਵੱਲੋਂ ਕਿਸੇ ਦੀ ਵੀ ਕੋਈ ਟਿਕਟ ਚੈੱਕ ਨਹੀਂ ਕੀਤੀ ਗਈ। ਕਿਸ ਤਰੀਕੇ ਨਾਲ ਤੁਸੀਂ ਕੰਮ ਕਰਦੇ ਸੀ ਟੀ ਟੀ ਬਣ ਕੇ ਟ੍ਰੇਨ 'ਚ? ਇਹ ਤਾਂ ਪਤਾ ਨਹੀਂ, ਪਹਿਲੀ ਵਾਰ ਫਸਿਆ ਨਾ। ਪਹਿਲਾਂ ਵੀ ਕਿਤੇ ਐਵੇਂ ਲੋਕਾਂ ਤੋਂ ਪੈਸੇ ਮੰਗੇ ਨੇ? ਨਹੀਂ। ਤੁਹਾਡੇ ਕੋਲ ਕੀ ਹੁੰਦਾ ਸੀ ਸਮਾਨ? ਬਸ ਮਾਸਕ ਹੁੰਦਾ ਕੰਪਨੀ ਮੇਂ ਜਿਸ ਮੇਂ ਲੱਗਿਆ ਥਾ, ਔਰ ਇੱਕ ਪੈਨ ਥਾ, ਹਰਬਲ ਮੈਡੀਸਨ ਵਾਲੀ ਕੰਪਨੀ। ਫਿਰ ਇਹ ਟ੍ਰੇਨ 'ਚ ਟੀ ਟੀ ਦਾ ਕੰਮ ਕਿਵੇਂ ਕਰਦੇ ਸੀ ਤੁਸੀਂ? ਮੈਂ ਤਾਂ ਸੀਟ ਦੇਖਦਾ ਪਿਆ ਥਾ ਨਾ, ਟਿਕਟ ਤਾਂ ਜਾ ਕੇ ਨਹੀਂ ਕੀ ਸੀਗੀ ਵੀ। ਟੀ ਟੀ ਬਣ ਕੇ ਕਿੰਨੇ ਕੁ ਲੋਕਾਂ ਤੋਂ ਪੈਸੇ ਲਏ ਸੀ ਤੁਸੀਂ? ਕਿੰਨੇ ਕੁ ਨਹੀਂ ਲਏ ਪੈਸੇ ਮੈਂ, ਕੋਈ ਵੀ ਲਏ ਨਹੀਂ? ਫੜੇ ਕਿਵੇਂ ਗਏ, ਸ਼ੱਕ ਕਿਵੇਂ ਪਿਆ ਤੁਹਾਡੇ 'ਤੇ? ਜਿਸ ਟਾਈਮ ਜੰਜੀਰ ਮੈਂ ਬੰਧ ਰਿਹਾ ਥਾ ਉਸ ਟਾਈਮ ਸ਼ੱਕ ਪੈ ਗਿਆ। ਸ਼ੱਕ ਪੈ ਗਿਆ? ਕਿੰਨੇ ਬੰਦੇ ਨੇ ਫੜਿਆ ਤੁਸੀਂ, ਭੱਜੇ ਸੀ ਜਾਂ ਐਵੇਂ ਫੜੇ ਗਏ? ਨਹੀਂ, ਭੱਜਿਆ ਨਹੀਂ ਸੀਗਾ, ਐਸੇ ਹੀ ਫੜ ਲਿਆ। ਕਿੱਥੋਂ ਚੜ੍ਹੇ ਸੀ ਤੁਸੀਂ ਸਟੇਸ਼ਨ ਤੋਂ? ਲੁਧਿਆਣਾ ਸੇ ਚੜ੍ਹਿਆ ਥਾ ਮੈਂ ਆਪਣੇ। ਤੋਂ ਕਿੰਨੇ ਬੰਦਿਆਂ ਨੂੰ ਚੈੱਕ ਕਰਿਆ ਸੀ ਤੁਸੀਂ? ਕਿੰਨੇ ਬੰਦੇ ਨੇ ਉਹਨੂੰ ਚੈੱਕ ਕੀਆ? ਆਪਣੇ ਪਿੰਡ ਜਾ ਰਿਹਾ ਥਾ ਮੈਂ ਹਰਿਆਣੇ। ਅੱਛਾ, ਮਾਂਬਾਲਾ ਕੈਂਟ ਸੇ ਕੁਰੂਕਸ਼ੇਤਰ ਵਾਲੀ ਟ੍ਰੇਨ ਫੜ ਲਊਂਗਾ। ਅੱਛਾ, ਫਿਰ ਤੁਸੀਂ ਟੀ ਟੀ ਵਾਲੀ ਵਰਦੀ ਪਾ ਕੇ ਲੋਕਾਂ ਤੋਂ ਪੈਸੇ ਲੈਂਦੇ ਸੀ? ਨਹੀਂ, ਕੰਪਨੀ ਮੈਂ ਇਹੀ ਵਰਦੀ ਲੱਗਦੀ ਹੈ ਨਾ। ਦੱਸਿਆ ਜਾ ਰਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਨੰਦੇੜ ਸਾਹਿਬ ਜਾਣ ਵਾਲੀ ਟ੍ਰੇਨ 'ਚ ਜਾਲੀ ਟੀ ਟੀ ਬਣ ਕੇ ਇਸ ਨੌਜਵਾਨ ਦੇ ਵੱਲੋਂ ਸਵਾਰੀਆਂ ਦੀਆਂ ਟਿਕਟਾਂ ਚੈੱਕ ਕੀਤੀਆਂ ਜਾ ਰਹੀਆਂ ਸੀ, ਜਿਸ ਤੋਂ ਬਾਅਦ ਸੰਗਰੂਰ ਰੇਲਵੇ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਅੱਜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।